ਅੱਜ ਕੱਲ ਵੀ ਉਹ ਜਵਾਰੀਏ ਮੈਚ ਖੇਡਦੇ ਨੇ ਪਏ, ਹਰ ਇੱਕ ਦਾ ਦਿਲ ਕਰਦਾ ਬਸ ਮੈਂ ਨੇੜੇ ਹੋ ਗਈ ਬਵਾਂ, ਮੈਨੂੰ ਪਤਾ ਲੱਗ ਜੇ ਸਕੋਰ ਕਿੰਨੀ ਹੈ ਅਤੇ ਗੇਂਦ ਕਿੰਨੀ, ਅਤੇ ਇਹਨੇ ਜਨਾਬ ਕਰਨਾ ਕੀ ਆ, ਬਾਲਰ ਨੇ ਕੀ ਕਰਨਾ ਅਤੇ ਬੈਟਸਮੈਨ ਨੇ ਕੀ ਕਰਨਾ, ਉਦੋਂ ਬਹਿਸਾਂ ਪਈਆਂ ਹੁੰਦੀਆਂ। ਮੈਂ ਕਿਹਾ ਚੱਲਿਆ ਇਹ ਅਰਸ਼ਾ ਫਜ਼ੂਲ ਹੈ, ਇੱਕੋ ਹੀ ਸ਼ਾਇ ਜਿਹੜੀ ਇਸ਼ਕ ਰਸੂਲ ਕਬੂਲ। ਅਤੇ ਕੋਸ਼ਿਸ਼ ਕਰਿਆ ਕਰੋ ਜਦੋਂ ਸਰਕਾਰ ਦੀ ਮਹਿਫਲ ਚਾਹੋ ਨਾ ਅਤੇ ਕਮ ਅਜ਼ ਕਮ ਇੰਨੀ ਕੁ ਗੱਲ ਰੱਖਿਓ ਅਤੇ ਯਾਰ ਸੁਲਾ ਦਿਲ ਲੈਂਦਾ ਅਤੇ ਤੁਹਾਡੇ ਕਦਮਾਂ 'ਚ ਰੱਖ ਦਿੰਦਾ। ਕਦੀਆਂ ਜੇ ਰੱਖ ਕੇ ਤਾਂ ਵੇਖੋ ਸਹੀ ਯਾਰ, ਦਿਲ ਯਾਰ ਦਾ ਨਜ਼ਰਾਨਾ ਲੈ ਯਾਰ ਦੇ ਕੋਲ ਆਏ, ਮਹਬੂਬ ਦੀ ਮਰਜ਼ੀ ਹੈ ਗੱਲ ਆਏ ਜਾਂ ਠੁਕਰਾਏ, ਕਦੀ ਕਰਕੇ ਤਾਂ ਵੇਖੋ ਨਾ। ਚੌਧਰੀਆਂ ਦੇ ਬੂਹੇ 'ਤੇ ਜਾ ਕੇ ਲੰਮੇ ਪੈ ਰਹਿੰਦੇ ਹੋ, ਹੈ ਜੀ ਚੇਅਰਮੈਨ ਕੋਲ ਲੰਮੇ ਪੈ ਰਹਿੰਦੇ ਹੋ, ਉਹ ਯਾਰ ਮੈਂ ਆਖਿਆ ਅੱਜ ਜਨਾਬ ਉਹਨਾਂ ਕੋਲ ਜਾਣਾ, ਅੱਜ ਮੈਨੂੰ ਕੋਈ ਕੰਮ ਨਹੀਂ, ਅੱਜ ਮੈਂ ਜਨਾਬ ਤੁਹਾਡੇ ਨਾਲ ਹੀ ਕੰਮ ਕਰ ਛੱਡਿਆ। ਮੈਂ ਆਖਿਆ ਚੌਧਰੀਆਂ ਦੇ ਨਾਂ ਤੋਂ ਆਪਣੀਆਂ ਜ਼ਿੰਦਗੀਆਂ ਅਤੇ ਦਿਹਾੜੀਆਂ ਅਤੇ ਰਾਤਾਂ ਉਹਨਾਂ ਦੇ ਨਾਲ ਲਾਏ, ਅਤੇ ਉਹ ਫਜ਼ੂਲ ਹੀ ਫਜ਼ੂਲ ਨੇ, ਉਹ ਜਿੱਥੇ ਦਾ ਵਜਾ ਉਹਨੇ ਮਾਰ ਦੇਣਾ, ਅਤੇ ਹਜ਼ੂਰ ਦੇ ਨਾਵੇਂ ਲਾ ਕੇ ਅਤੇ ਵੇਖ ਤੂੰ ਅਜੇ ਮਰਿਆ ਨਹੀਂ ਹੋਣਾ, ਪਹਿਲਾਂ ਦਿੱਤੀਆਂ ਨੇ ਖੁਸ਼ਖਬਰੀਆਂ ਆ ਤੇ ਸਹੀ, ਪਹਿਲਾਂ ਤੇਰੇ ਆਪਾਂ ਮੌਲਾ ਅੱਗੇ ਖੜੇ ਹੋਣਗੇ। ਬਾਬਾ ਜੀ ਤਾਂ ਗੱਲ ਹੀ ਮੁਕਾ ਗਏ ਵੀ ਜਿਹਨਾਂ ਨਾਲ ਤੁਸੀਂ ਤੁਰਦੇ ਹੋ ਉਹਨਾਂ ਦੇ ਨਾਂ ਲਵਾਂ ਤੇ ਕਈਆਂ ਮਰਚਾਂ ਲੱਗਣ ਲੱਗ ਪੈਣੀਆਂ। ਮੈਂ ਜ਼ਮੀਰ ਦੇ ਇਸ਼ਾਰੇ ਨਾਲ ਹੀ ਅਰਜ਼ ਕਰ ਜਾਣਾ, ਜਿਹਨਾਂ ਨਾਲ ਤੁਸੀਂ ਤੁਰਦੇ ਹੋ ਫਰਮਾਇਆ ਉਹ ਨਹੀਂ ਤੁਹਾਨੂੰ ਵੇਖ ਰਹੇ। ਅਕੀਦਾ ਸਹੀ ਹੋਵੇ ਤੇ ਬੰਦੇ ਅੰਦਰੋਂ ਬੋਲਦੇ। ਅੱਛਾ ਮੇਰੀ ਤਕਰੀਰ 'ਚ ਇੱਕ ਤੇ ਆਵਾਜ਼ਾਰ ਨਹੀਂ ਬੋਲਦਾ, ਦੂਜਾ ਬਿਮਾਰ ਨਹੀਂ ਬੋਲਦਾ। ਮੈਂ ਤੁਹਾਨੂੰ ਵੇਖਣ ਲੱਗਾ ਆਵਾਜ਼ਾਰ ਕਿੰਨੇ ਨੇ ਤੇ ਬਿਮਾਰ ਕਿੰਨੇ ਨੇ, ਅੰਦਰ ਕਿੰਨੇ ਨੇ ਤੇ ਬਾਹਰ ਕਿੰਨੇ ਨੇ, ਸਾਰੇ ਹੀ ਬੋਲਦੇ ਨੇ। ਫਿਰ ਬਾਬਾ ਜੀ ਫਰਮਾਉਂਦੇ ਸਨ ਮੈਂ ਜਿੰਨਾ ਵਾਸਤੇ ਤੁਸੀਂ ਲੱਗੇ ਹੋਣਾ ਹੈ ਜੀ ਬਦਮਾਸ਼ੀਆਂ ਕਰਨ, ਅਯਾਸ਼ੀਆਂ ਕਰਨ ਤੇ ਹਾਫਜ਼ਾ ਨੂੰ ਮਾਰਨ, ਡੋਲਾ ਮਾਦ ਉੱਤੇ ਪਰਚੇ ਕਰਨ ਤੇ ਸਖੀਆਂ ਕਰਨ, ਉਹ ਤੁਹਾਨੂੰ ਨਹੀਂ ਵੇਖ ਰਹੇ। ਤੇ ਜਿਹਨਾਂ ਵਾਸਤੇ ਅਸੀਂ ਮਾਰਾਂ ਖਾ ਰਹੇ ਹਾਂ ਉਹ ਸਾਨੂੰ ਵੇਖ ਰਹੇ ਹਾਂ। ਫਰਿਆਦ ਉਮਤੀ ਜੋ ਕਰੇ ਨਹੀਂ, ਜਿਹਨੂੰ ਸਮਝ ਆਈ ਉਹ ਬੋਲੇ, ਸਹੀ ਉਹ ਲੋਕੀ ਦਾ ਸੁਣੀ ਬੋਲੇ। ਆ ਮੁਨਾਫਕਾ ਦੀ ਕੋਈ ਲੋੜ ਨਹੀਂ, ਉਹ ਮਰ ਜਾਣ ਬਣਾ ਜਾ ਕੇ ਮੁਨਾਫਾ, ਉਹਨਾਂ ਦੀ ਲੋੜ ਹੀ ਕੋਈ ਨਹੀਂ, ਰੁਪਈਏ ਨਹੀਂ ਚਾਹੀਦੇ। ਮੈਂ ਜਿਹੜਾ ਬੰਦਾ ਹੁਣ ਸੁਲਤਾਨੁਲ ਮਾਜ਼ੀਨ ਦੇ ਦਰ ਦੌਲਤ 'ਚ ਬਹਿ ਗਿਆ ਕਿ ਮੈਂ ਆਸ਼ਕੇ ਰਸੂਲ ਹਾਂ, ਮੈਂ ਉਹਨੂੰ ਖੜਾ ਕਰਕੇ ਤੇ ਪੂਰਾ ਉਹਨੂੰ ਮੈਂ ਪੂਰਾ ਕਰ ਸਕਣਾ। ਮੈਂ ਕਿਹਾ ਜੇ ਤੂੰ ਆਸ਼ਕੇ ਰਸੂਲ ਹੈ ਤੇਰੇ 'ਚ ਝਲਕ ਆਵੇ ਸਦੀਕੀ ਅਕਬਰ ਵਾਲੀ, ਤੇਰੇ 'ਚ ਜਲਾਲ ਹੋਵੇ ਫਾਰੂਕ ਆਜ਼ਮ ਵਾਲਾ, ਤੇਰੇ 'ਚ ਹਯਾ ਹੋਵੇ ਉਸਮਾਨ ਗਣੀ ਵਾਲੀ, ਤੇਰੇ 'ਚ ਜੁਰਅਤ ਹੋਵੇ ਹਜ਼ਰ ਕਰਾ ਵਾਲੀ, ਤੇਰੇ 'ਚ ਜਜ਼ਬਾ ਹੋਵੇ ਮੌਲਾ ਹੁਸੈਨ ਵਾਲਾ, ਨਾ ਖਾਣਾ ਨਾ ਪੀਣਾ ਨਾ ਸੋਣਾ ਨਾ ਉੱਠਣਾ ਨਾ ਬਹਿਣਾ ਨਾ ਜਾਗਣਾ ਕੋਈ ਨੀ, ਪਤਾ ਹੀ ਨੀ ਕੀ ਹਾਲਾਤ ਕਿੱਧਰ ਜਾ ਰਹੇ, ਬਸ ਨਾਂਗਾ ਮਸਤ 12 ਸਾਲ ਜਿਹਨਾਂ ਦਾਤਾ ਜ਼ੋਰ ਦੇ ਕਦਮਾਂ 'ਚ ਗੁਜ਼ਾਰੇ। ਅੱਲਾਹੁ ਅਕਬਰ। ਉਹਨਾਂ ਨੂੰ ਬਾਬਾ ਜੀ ਨੇ ਪੁੱਛਿਆ ਦੱਸੋ ਜੀ ਸੈਯਦ ਇਰਫਾਨ ਸ਼ਾਹ ਸਾਹਿਬ ਇਸ ਵੇਲੇ ਤਾਜਦਾਰ ਖਤਮ ਨਬੂਤ ਕੀ ਚਾਹੁੰਦੇ, ਤਾਂ ਬਾਬਾ ਜੀ ਨੂੰ ਸੈਯਦ ਇਰਫਾਨ ਸ਼ਾਹ ਸਾਹਿਬ ਕਹਿਣ ਲੱਗੇ ਕਿਸੇ ਦੀ ਮੈਂ ਤਾਂ ਉਹਨਾਂ ਨੂੰ ਮਿਲ ਲਓ ਜਾ ਕੇ। ਤੁਹਾਨੂੰ ਯੂਰਪ ਮੁਬਾਰਕ, ਤੁਹਾਨੂੰ ਜਰਮਨ ਮੁਬਾਰਕ, ਤੁਹਾਨੂੰ ਇੰਗਲੈਂਡ ਮੁਬਾਰਕ, ਤੁਹਾਨੂੰ ਜਨਾਬ ਸਾਰੇ ਯਹੂਦੀ ਮੁਬਾਰਕ, ਸਾਨੂੰ ਦਾਦਾ ਹਜ਼ੂਰ ਦਾ ਮਲੰਗ ਮੁਬਾਰਕ। ਤੁਸੀਂ ਡੈਨਮਾਰਕ ਜਾਓ, ਤੁਸੀਂ ਲੰਡਨ ਜਾਓ, ਤੁਸੀਂ ਕੈਨੇਡਾ ਜਾਓ, ਉੱਥੋਂ ਜਾ ਕੇ ਬਰਬਰ ਖਾਓ, ਉੱਥੇ ਜਾ ਕੇ ਆਪਣੀ ਵਲੈਤ ਚਮਕਾਓ, ਨਾ ਇੱਥੇ ਸੈਯਦ ਇਰਫਾਨ ਸ਼ਾਹ ਸਾਹਿਬ
people inside and please follow me. You understand? ਗੱਲ ਕਰਾਉਣਾ ਦੇ ਨਾਲ ਕੁਮਾਨ ਕੋ ਲਾਲ ਜਮੀਆਂ ਰੀਆਂ ਗੱਲਾਂ ਕਰਨੀਆਂ ਸੌਖੀਆਂ ਆਪਣੇ ਫਰਮਾਇਆ ਦੱਸੋ ਸ਼ਾਹ ਸਾਹਿਬ ਤੁਸੀਂ ਦਾਦਾ ਸਾਹਿਬ 12 ਸਾਲ ਮੌਜੂਦ ਰਹੇ ਹੋ ਹਜ਼ੂਰ ਦੀ ਬਾਰਗਾਹ ਤੁਹਾਡਾ ਮੈਂ ਬੜਾ ਮਕਾਮ ਲਿਖਿਆ ਦੱਸੋ ਜਰਾ ਹਜ਼ੂਰ ਦੀ ਉਮਤ ਐਸੇ ਕੀ ਕਰੇ ਤਾਜਦਾਰ ਖਦਮਤ ਜੋ ਕੀ ਚਾਹੁੰਦੇ ਉਹਨਾਂ ਕਿਹਾ ਹਰ ਵੇਲੇ ਅੱਲਾ ਦੇ ਰਸੂਲ ਚਾਹੁੰਦੇ ਨੇ ਮੇਰੀ ਉਮਤ ਸਾਰੀ ਮਿਲ ਕੇ ਲੱਭਾ ਵੀ ਰਸੂਲਾ ਦਾ ਨਾਰਾ ਜਿਹਦਾ ਹੱਥ ਟੁੱਟ ਗਿਆ ਕਿਸੇ ਕੱਟ ਛੜਿਆ ਕਿਸੇ ਸਿਆਸਤ ਦੀ ਵਜ੍ਹਾ ਤੋਂ ਕਿਸੇ ਹੋਰ ਬਿਮਾਰੀ ਦੀ ਵਜ੍ਹਾ ਤੋਂ ਉਹ ਮਜ਼ਦੂਰ ਹੈ ਤੇ ਜਿਹੜਾ ਹਜ਼ੂਰ ਦਾ ਆਸ਼ਕ ਹੈ ਉਹ ਵੀ ਹਾਸਲ ਨਾ ਕਰ ਆਖੇ ਲੱਭੇ ਬਹੁਤ ਕਮ ਨਸੀਬ ਨਿਕਲੇ ਜੋ ਕਰਾਰ ਤੱਕ ਨਾ ਪਹੁੰਚੇ ਔਰ ਦਰੇ ਯਾਰ ਤੱਕ ਤਾਂ ਪਹੁੰਚੇ ਪਰ ਦਿਲੇ ਯਾਰ ਤੱਕ ਨਾ ਪਹੁੰਚੇ ਸਾਡੇ ਮਾਸਟਰ ਮਦਨਵਰ ਸਾਹਿਬ ਹੁੰਦੇ ਸਨ ਮਾਸਟਰ ਰਸੁੱਲਾ ਸਾਹਿਬ ਹੁੰਦੇ ਸਨ ਔਰ ਬਸ ਨਜ਼ੀਰ ਸਾਹਿਬ ਹੁੰਦੇ ਸਨ ਉਹ ਸਾਡੀਆਂ ਹਾਜ਼ਰੀਆਂ ਲਾਉਂਦੇ ਤੇ ਉਹ ਜਨਾਬ ਅਸਾਂ ਖੜੇ ਲੱਭੈਕ 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 ਸਰ ਜੀ ਲੱਭੈਕ ਇਹ ਉਦੋਂ ਦੀ ਗੱਲ ਹੈ ਜਦੋਂ ਪ੍ਰਾਇਮਰੀ ਸਕੂਲ ਹੈ ਤੇ ਤੁਸੀਂ ਵੀ ਦੋ ਚਾਰ ਮੈਂ ਵੀ ਦੋ ਕਲਾਸਾਂ ਪੜ੍ਹੀਆਂ ਤੇ ਜਿਹੜਾ ਮਾਸਟਰ ਸਬਕ ਪੜ੍ਹਾਏ ਉਹਨੂੰ ਸਟੂਡੈਂਟ ਆਖੇ ਲੱਭੈਕ ਸਰ ਜੀ ਮੈਂ ਹਾਜ਼ਰ ਹਾਂ ਜਿਹੜਾ ਤੈਨੂੰ ਆਪਣਾ ਉਮਤੀ ਬਣਾਏ ਤਸ਼ਰੀਫ ਲਿਆਏ ਵਿਲਾਦਤ ਦੀ ਘੜੀ ਆਉਂਦਿਆਂ ਸਜਦੇ